ਕਦੇ ਵਿਦੇਸ਼ਾਂ ਜਾਂ ਕੌਮ ਉੱਤੇ ਆ ਕੇ ਹਵਾ ਆਜ਼ਾਦੀ ਦੀ ਵਗਦੀ ਏ ਉਹਨੂੰ ਦੇਖ ਦੇ ਕੌਮੀ ਪਰਵਾਨਿਆਂ ਨੂੰ ਰੰਗਦੀ ਹੋਸ਼ ਨਾ ਸੀਸ ਤੇ ਪੱਗ ਦੀਏ ਫਿਰ ਘਰ ਉਜੜਦੇ ਸੈਂਕੜੇ ਮੱਖੀਆਂ ਦੇ ਘਰ ਉਜੜਦੇ ਸੈਂਕੜੇ ਮੱਖੀਆਂ ਦੇ ਤੇ ਬੱਤੀ ਮੋਮ ਦੀ ਫੇਰੀ ਇੱਕ ਜਗ ਦੀ ਏ ਸਰਫ ਖੂਨ ਹੈ ਸ਼ਹੀਦਾਂ ਦਾ ਡੋਲ ਕੇ ਤੇ ਤੇ ਮੈਂਦੀ ਹੋਰ ਨਾ ਹੱਥਾਂ ਤੇ ਲੱਗਦੀ ਏ ਤੇ ਮੈਂਦੀ ਹੋਰ ਨਾ ਹੱਥਾਂ ਤੇ ਲਗਦੀ ਏ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਤੁਰ ਜਾ ਪੁਰ ਜਾ ਕਟ ਮਾਰੇ ਕਮੂਣਾ ਛੜ ਕੇ ਤਾ ਸਭ ਗਣ ਦਾਤਾ ਦੀਨ ਦਿਆਲਾ ਮੇਡ ਅੰਧੇਰਾ ਕਰਉ ਉਸ ਅਲ੍ਹਾ ਖੋਲ ਲਗਾਇ ਕਲਾਂ ਨੂੰ ਤਾਲਾ ਤੇ ਆਜੈ ਸਮਝ ਗਵਾਰਾਂ ਨੂੰ ਲਿਖ ਨਾ ਸਕਦੇ ਸ਼ਰ ਗਿਆਨੀ ਤੇਰੇ ਆ ਪਰ ਉਪਕਾਰਾਂ ਨੂੰ ਲਿਖ ਨਾ ਸਕਦੇ ਗੁਣੀ ਗਿਆਨੀ ਇਹ ਸੰਸਾਰ ਦੁਖਾਂ ਦੀ ਖਾਨ ਮਾਇਆ ਕਰਦੀ ਨਸ਼ਟ ਗਿਆਨ ਨਿਵੇਂ ਮਾਨ ਕੀਏ ਬੁੱਧਵਾਨ ਜਿਸ ਰੋ ਉਤਾਰੂ ਬੁਜਨੂ ਜੀਵਨ ਸਵਲ ਬਣਾਵਣ ਖਾਤਰ ਗਾਈਏ ਤੇਰੀਆਂ ਚੋਜਾਂ ਨੂੰ ਜੀਵਨ ਸਵਲ ਬਣਾਵਣ ਖਾਤਰ ਸ਼ੁਭ ਗੁਣ ਦਾਤਾ ਦੀਨ ਦਇਲਾ ਮੇਡ ਅੰਦੇਰਾ ਕਰੋ ਉਸ ਅੱਲਾ ਖੋਲ ਲੱਗਾ ਇਕਲ ਨੂੰ ਤਾਲਾ ਤੇ ਆ ਜਾਏ ਸਮਝ ਗਵਾਰਾ ਨੂੰ ਲਿਖ ਨ ਸਕਦੇ ਸ਼ੇਰ ਗਿਆਨੀ ਤੇਰੀਆ ਬਾਰੇ ਉਪਕਾਰਾਂ ਨੂੰ ਲਿਖ ਨਾ ਸਕਦੇ ਦੀਦ ਦਵਾਨੇ ਇਹ ਸੰਸਾਰ ਦੁਖਾਂ ਦੀ ਖਾਨ ਮਾਇਆ ਕਰਸ਼ਟ ਗਿਆਨ ਨਿਵੇਂ ਮਾਨ ਕੇ ਇਹ ਬੋਧਵਾਨ ਜਿਸ ਰੋ ਉਤਾਰੋ ਬੋਝ ਨੂੰ ਜੀਵਨ ਸਵਲ ਬਣਾਵਣ ਖਾਤਰ ਗਾਈਏ ਤੇਰੀਆਂ ਚੋਜਨ ਨੂੰ ਵਨ ਸਮਲ ਬਣਾਵਣ ਖਾਤਰ ਓਏ ਤੂੰ ਹੈ ਜਨਮ ਮਰਨ ਤੋਂ ਬਾਰਾ ਤੇਰਾ ਸਭ ਸੇ ਰੂਪ ਨਿਆਰਾ ਤੂੰ ਹੈ ਜਨਮ ਮਰਨ ਤੋਂ ਬਾਰਾ ਤੇਰਾ ਸਭ ਸੇ ਰੂਪ ਨਿਆਰਾ ਹਮ ਤੋ ਖਿੰਖਿਨ ਖਿੰਨ ਭੂਲਣ ਹਾਰਾ ਹੋ 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 ਹਮ ਤੋ ਕਿਨੇ ਕਿਨੇ ਫੁੱਲਨ ਹਾਰਾ ਜਬਕਸ਼ੋ ਉਦਮ ਵਿਚਾਰਾ ਨੂੰ ਲਿਖ ਨਾ ਸਕਦੇ ਸ਼ਾਇਰ ਗਿਆਨੀ ਤੇਰੇ ਆ ਪਰ ਉਪਕਾਰਾ ਨੂੰ ਲਿਖ ਨਾ ਸਕਦੇ ਗੁਣੀ ਗਿਆਨੀ ਤੁਝ ਕੋ ਦੇਵੀ ਦਿਓ ਤੇ ਤਿਆਵਨ ਵੰਡਤ ਮੁੱਲਾ ਸਿੱਖ ਮਨਾਵਣ ਹਿੰਦੂ ਸਿਰ ਬਲੇ ਹਾਰੇ ਜਾਵਣ ਕਰਦੇ ਤੇਰੀਆਂ ਖੋਜਾਂ ਨੂੰ ਜੀਵਨ ਸਵਰ ਬਣਾਵਣ ਖਾਤਰ ਜਾਈਏ ਤੇਰੀਆਂ ਚੋਜਾਂ ਨੂੰ ਜੀਵਨ ਸਵਰ ਬਣਾਵਣ ਖਾਤਰ ਓਏ ਰਕਤ ਬੀਜ ਪਸਾਰਾ ਕਰਕੇ ਮਿੱਟੀ ਵਿੱਚ ਪੰਜੇ ਤਤ ਪਰ ਕੇ ਰਕਤ ਬੀਜ ਪਸਾਰਾ ਕਰਕੇ ਮਿੱਟੀ ਵਿੱਚ ਪੰਜੇ ਤਤ ਪਰ ਕੇ ਜੋੜੇ ਕਰੇ ਮਦੀਨੇ ਤੇ ਨਰਕ ਤੇ ਪਾਇਏ ਗੁੜ ਪਿਆਰਾਂ ਨੂੰ ਲਿਖ ਨਾ ਸਕਦੇ ਦੀਦ ਦਵਾਨੇ ਤੇਰੇ ਆ ਪਰ ਉਪਕਾਰਾਂ ਨੂੰ ਲਿਖ ਨਾ ਸਕਦੇ ਗੁਣਿ ਗਿਆਨੀ ਸਮਰਨ ਸਤਨ ਜੋ ਬ੍ਰਹਮਾ ਤਕ ਦੋਚੇ ਦਰਸ਼ਨ ਕੋ ਸੰਕਾਨ ਕ ਜੋਗ ਜਦ ਵੀ ਉਦਾਸੀ ਸਾਧਕ ਲਬਦੇ ਤੇਰੇ ਅੰਗੋਜਨੂ ਜੀਵਨ ਸਮਲ ਬਣਾਵਣ ਖਾਤਰ ਗਏ ਤੇਰੀਆਂ ਚੋਜਨੂ ਜੀਵਨ ਸਭਰ ਬਣਾਵਣ ਖਾਤਰ ਸ਼ਹਿਰੀ ਨੇ ਤਨ ਤੂਜੇ ਚਤਾਰਨ ਤੇਰੀ ਉਪਮਨਿਤ ਪੁਕਾਰਨ ਹਮਰੇ ਕਰਦੋ ਬਿਗਨਨਵਾਰਨ ਹੈ ਅਰਜੀ ਸਰਕਾਰਾਂ ਨੂੰ ਲਿਖਨਾ ਸਕਦੇ ਸ਼ਹਿਰ ਗਿਆਨੀ ਤੇਰੇ ਆ ਪਰ ਉਪਕਾਰਾਂ ਨੂੰ ਲਿਖ ਨਾ ਸਕਦੇ ਸ਼ਹਿਰ ਗਿਆਨੀ ਉਮਰਾਂ ਕੱਢ ਕੱਢ ਮੇ ਹੈ ਵਾਸਾ ਤੀਨੋ ਤਰਤ ਪਤਾ ਨਹੀਂ ਆਕਾਸਾ ਗਿਲ ਸਰੂਪ ਜਗਤ ਕਾ ਪਿਆਸਾ ਲਫ਼ਜ਼ ਕਰੋ ਕੰਬੋ ਜਾਨੂ ਜੀਵਨ ਸਮਲ ਬਣਾਵਣ ਖਾਤਰ ਗਾਈਏ ਤੇਰੇਆਂ ਚੋ ਜਨੂ ਜੀਵਨ ਸਵਲ ਬਣਾਵਣ ਖਾਤਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਕੀ ਸੰਗਤ ਆਓ ਫਤਿਹ ਦੇ ਸਿਮਰਨ ਨਾਲ ਆਪਣੀ ਸਾਂਝ ਜੋੜੀਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਸਭ ਮਾਈ ਭਾਈ ਸਹਿਬਾਂ ਨੂੰ ਸੀਸ ਝੁਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਭਾਗਾਂ ਵਾਲੇ ਜੇ ਜਿਨ੍ਹਾਂ ਨੂੰ ਕੋਲ ਕਲਯੁਗ ਦੇ ਭਿਆਨਕ ਸਮੇਂ ਅੰਦਰ ਇਹ ਸੰਗਤ ਦੀਆਂ ਸੁਭਾਗ ਕੜੀਆਂ ਦਾ ਸਮਾਪਤ ਹੋਇਆ ਸਤਿਗੁਰੂ ਦੇ ਬਚਨਾਂ ਨੂੰ ਸੇਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਉਹ ਸੋਹਣੇ ਲੱਗਦੇ ਆ ਜਿਹੜੇ ਸੰਗਤ ਵਿੱਚ ਆ ਕੇ ਬਹਿੰਦੇ ਆ ਜੈ ਸਤ ਜੈ ਸਤ ਸੰਗ ਜੈ ਸਤਗੁਰ ਤੈ ਸਤ ਸੰਗਤ ਬਣਾਈ ਗੁਰੂ ਕੇ ਸਿੱਖੋ ਸਤ ਸੰਗਤ ਕੈਸੀ ਜਾਣੀ ਐ ਜਿੱਥੈ ਏਕੋ ਨਾਮ ਵਖਾਣੀ ਐ ਜਿੱਥੇ ਇੱਕ ਨਾਮ ਦੀ ਗੱਲ ਹੁੰਦੀ ਹੋਵੇ ਸੰਗਤ ਉਹਨੂੰ ਕਿਹਾ ਜਾਂਦਾ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇੱਕ ਬੜਾ ਸੁੰਦਰ ਬਚਨ ਕਿਹਾ ਕਰਦੇ ਸੀ ਉਹ ਆਂਦੇ ਸੰਗਤ ਵਿੱਚ ਆ ਕੇ ਜਿਹੜਾ ਮਨੁੱਖ ਤਿੰਨਾ ਗੱਲਾਂ ਤੇ ਪਹਿਰਾ ਦਿੰਦਾ ਨਾ ਉਹ ਗੁਰੂ ਦੇ ਦਰ ਤੋਂ ਸੁੱਖਾਂ ਦੀਆਂ ਝੋਲੀਆਂ ਭਰ ਕੇ ਲੈ ਜਾਂਦਾ ਸੰਗਤ ਵਿੱਚ ਆ ਕੇ ਜਿਹੜੇ ਸਾਡੇ ਨੇਤਰ ਆਉ ਸਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਜਿਹੜੀ ਸਾਡੇ ਕੰਨ ਆਉ ਗੋਹ ਦੇ ਨਾਲ ਧਿਆਨ ਦੇ ਨਾਲ ਗੁਰੂ ਕੇ ਬਚਨ ਸਰਵਣ ਕਰਨ ਜਿਹੜੀ ਸਾਡੀ ਰਸਨਾ ਜਿਹੜਾ ਸਾਡਾ ਇਰਦਾ ਉਹ ਅੰਦਰੋਂ ਵਾਹਿਗੁਰੂ 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 ਦਾ ਸਿਮਰਨ ਕਰੇ ਆਪਾਂ ਰੋਜ਼ ਸ਼ਾਮ ਨੂੰ ਪੜਦੇ ਅੰਤਰ ਗੁਰ ਅਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰੂ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਜਿਹੜਾ ਇਹਨਾਂ ਤਿੰਨਾਂ ਗੱਲਾਂ ਤੇ ਪਹਿਰਾ ਦੇਗਾ ਗੁਰੂ ਦੇ ਦਰ ਤੋਂ ਸੁੱਖਾਂ ਦੀਆਂ ਝੋਲੀਆਂ ਭਰ ਕੇ ਲੈ ਜਾਵੇਗਾ ਆਓ ਮੈਂ ਤੁਹਾਡੇ ਸਾਹਮਣੇ ਕੋਈ ਵੀਰ ਰਸ ਦਾ ਇਤਿਹਾਸ ਸੁਰੱਖਣ ਦਾ ਨਮਾਣਾ ਯਤਨ ਕਰਾਂ ਇਹ ਪ੍ਰੋਗਰਾਮ ਕੱਲੇ ਆਪਾਂ ਨਹੀਂ ਸੁਣ ਰਹੇ ਇਹ ਸਾਡੇ ਹਿੰਦੁਸਤਾਨ ਦੇ ਵਿੱਚ ਇੰਡੀਆ 'ਚ ਬੈਠੇ ਵੀ ਵੀਰ ਸੁਣ ਰਹੇ ਆ ਮੈਨੂੰ ਕੱਲ ਗੁਰਸਿੱਖਾਂ ਦੇ ਫੋਨ ਆਇਆ ਵੀ ਤੁਹਾਡਾ ਸੀ ਸਾਰਾ ਪ੍ਰੋਗਰਾਮ ਇਹ ਨੈਟ ਰਾਹੀਂ ਰੋਜ਼ ਸੁਣਦੇ ਆ ਤੇ ਕੱਲ ਨੂੰ ਕੋਈ ਵੀਰ ਰਸ ਦਾ ਪ੍ਰਸੰਗ ਲਾਇਓ ਆਓ ਮੈਂ ਤੁਹਾਡੇ ਸਾਹਮਣੇ ਬੀਰਸਤ ਦਾ ਪ੍ਰਸੰਗ ਰੱਖਣ ਲੱਗਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਬਹਾਦਰ ਖਾਲਸਾ ਸਾਜਿਆ ਔਰ ਕੀ ਕੀ ਉਹਨੇ ਕਾਰਨਾਮੇ ਕੀਤੇ ਉਹ ਮੈਂ ਕਹਿਣ ਦਾ ਯਤਨ ਕਰੂੰਗਾ ਦਿੱਲੀ ਦਾ ਬਾਦਸ਼ਾਹ ਬਹਾਦਰ ਮੁਹੰਮਦ ਸ਼ਾਹ ਰੰਗੀਲਾ ਉਹਨੇ ਲਾਹੌਰ ਦੇ ਸੂਬੇਦਾਰ ਨੂੰ ਇੱਕ ਹੁਕਮ ਕੀਤਾ ਕਿ ਪੰਜਾਬ ਦੇ ਵਿੱਚੋਂ ਸਿੰਘਾਂ ਦਾ ਖਾਤਮਾ ਕੀਤਾ ਜਾਵੇ ਬਸ ਫਿਰ ਕੀ ਸੀ ਹੁਕਮ ਸੁਣਦਿਆਂ ਪਤਾ ਪਤਾ ਸਿੰਘਾਂ ਦਾ ਵੈਰੀ ਹੋ ਗਿਆ ਘਰ ਘਾੜ ਸਿੰਘਾਂ ਦੇ ਬਰਬਾਦ ਕੀਤੇ ਗਏ ਕੋ ਕੋ ਕੇ ਬੱਚਿਆਂ ਨੂੰ ਮਾਰਿਆ ਗਿਆ ਉਸ ਵੇਲੇ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਬੀਕਾ ਨੇਰ ਦੇ ਝੱਲਾਂ ਵਿੱਚ ਰਿਆ ਕਰਦਾ ਸੀ ਦੋ ਸੂਰਮੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਨੂਰ ਦੀ ਸਰਾਹ ਤਰਨਤਾਰਨ ਦੇ ਕੋਲ ਘੋਰ ਜੰਗਲ ਦੇ ਵਿੱਚ ਰਿਆ ਕਰਦੇ ਸੀ ਅੰਮ੍ਰਿਤ ਵੇੜਾ 5 ਵਜੇ ਦਾ ਸਮਾਂ ਸੀ ਤੇ ਇੱਕ ਮੁਗਲਾਂ ਦਾ ਟੋਲਾ ਜਾ ਰਿਹਾ ਉਹ ਆਪਸ ਵਿੱਚ ਖਾਲਸਾ ਹੋਣ ਖਤਮ ਦੀਆਂ ਗੱਲਾਂ ਜਿੱਤਰਾ ਕਰ ਰਹੇ ਆ ਨਾ ਵੀ ਹੁਣ ਤੇ ਜਕਰੀਏ ਨੇ ਸਾਰਾ ਖਾਲਸਾ ਮਲਿਆ ਮੇਟ ਕਰ ਦਿੱਤਾ ਉਹ ਕੋਈ ਪੰਜਾਬ ਨੂੰ ਵੇਖਣ ਨੂੰ ਸਿੰਘ ਨਹੀਂ ਰਹਿ ਗਿਆ ਸੁਣੀਏ ਜਿਸ ਤਰ੍ਹਾਂ ਉਹਨਾਂ ਤੁਰਕਾਂ ਨੇ ਖਾਲਸਾ ਹੋਣ ਖਤਮ ਦੀਆਂ ਗੱਲਾਂ ਕੀਤੀਆਂ ਕਬਤਾਰਾਂ ਹੀ ਤੁਹਾਡੇ ਸਾਹਮਣੇ ਇਉਂ ਬਿਆਨ ਕੀਤਾ ਜਾ ਰਿਹਾ ਜੀ ਮੁਗਲਾਂ ਦੇ ਟੋਲੇ ਰਾਹੇ ਰਾਹੇ ਜਾਵਦੇ ਸੂਬੇਦਾਰ ਲੋਰਦੇ ਸਿਗੋਣ ਗਾਵਦੇ ਸੂਬੇਦਾਰ ਲੋਰਦੇ ਸਿਗੋਣ ਗਾਵਦੇ ਹੋ ਖਨ ਮੁਰਗਿਆ ਹੁਣ ਚੋਕ ਖਾਲਸਾ ਸਾਰੇ ਦੇਸ਼ ਵਿੱਚੋਂ ਗਿਆ ਮੁੱਖ ਖਾਲਸਾ ਸਾਰੇ ਦੇਸ਼ ਵਿੱਚੋਂ ਗਿਆ ਮੁੱਖ ਖਾਲਸਾ ਮੈਂ ਮੁਗਲਾਂ ਦੇ ਟੋਲੇ ਰਾਹ ਰਾਹ ਜਾਵਦੇ ਸੂਬੇਦਾਰ ਲੋਰ ਦੇ ਸਿਗੋਣ ਗਾਵਦੇ ਸੂਬੇਦਾਰ ਲੋਰ ਦੇ ਸਿਗੋਣ ਗਾਵਦੇ ਹੋ ਖਨ ਮੁਰਗਿਆ ਹੁਣ ਚੋਕ ਖਾਲਸਾ ਸਾਰੇ ਦੇਸ਼ ਵਿੱਚੋਂ ਗਿਆ ਮੁੱਕ ਖਾਲਸਾ ਸਾਰੇ ਦੇਸ਼ ਵਿੱਚੋਂ ਗਿਆ ਮੁੱਕ ਖਾਲਸਾ ਬੱਲੇ ਬੱਲੇ ਹੋਗੀ ਸਾਡੇ ਸਲਾਮ ਦੀ ਸ਼ਾਮ ਪੈ ਗਈ ਹੁਣ ਸਿੱਖਾ ਵਾਲੇ ਨਾਮ ਦੀ ਸ਼ਾਮ ਪੈ ਗਈ ਹੁਣ ਸਿੱਖਾ ਵਾਲੇ ਨਾਮ ਦੀ ਮੋਟਾ ਮਟਾਵ ਜੋਗਿਆ ਲੋਕ ਖਾਲਸਾ ਸਾਰੇ ਦੇਸ਼ ਵਿੱਚੋਂ ਗਿਆ ਮੁੱਕ ਖਾਲਸਾ ਸਾਰੇ ਦੇਸ਼ ਵਿੱਚੋਂ ਗਿਆ ਮੁੱਕ ਖਾਲਸਾ ਓਏ ਬੋਲੇ ਸੋਨਹਿਰਿਆ बोले सुनहला दे जकार लाऊं दे सी कच्चे पल्ले कह के ਖਾਨਾ ਨੂੰ ਡਰਾਉਂਦੇ ਸੀ ਕੱਚੇ ਪਿੱਲੇ ਕਹਿ ਕੇ ਖਾਨਾ ਨੂੰ ਡਰਾਉਂਦੇ ਸੀ ਹੋ ਸੁੱਕ ਕਖਵਾਂਗੇ ਆ ਸੁੱਕ ਖਾਲਸ ਸਾਰੇ ਦੇਸ਼ ਵਿੱਚੋਂ ਗਿਆ ਮੁੱਕ ਖਾਲਸ ਸਾਰੇ ਦੇਸ਼ ਵਿੱਚੋਂ ਗਿਆ ਮੁੱਕ ਖਾਲਸ ਐ ਖਿਰਸੀ ਕੀ ਅਲਾ ਵਾਲੀ ਪੈਪ ਕਾਮਦੇ ਝਾੜੀਆਂ ਚੋਂ ਸਿੰਘ ਛੱਟ ਮੂਰੇ ਆਵੰਦੇ ਝਾੜੀਆਂ ਚੋਂ ਸਿੰਘ ਛੱਟ ਮੂਰੇ ਆਵੰਦੇ ਹੋ ਤਰਤੀ ਚੁੰਗਿਆ ਸਾਰਾ ਫੋਕ ਖਾਲਸਾ ਸਾਰੇ ਦੇਸ਼ ਵਿੱਚੋਂ ਗਿਆ ਮੁਕ ਖਾਲਸਾ ਸਾਰੇ ਦੇਸ਼ ਵਿਚੋਂ ਗਿਆ ਮੋਖ ਖਾਲਸ ਓਏ ਤੁਰਕਾਂ ਦੀ ਛੱਟ ਢਿੱਲੀ ਪੈ ਗਈ ਚਾਰ ਜੀ ਅੱਗੇ ਜੋ ਜੋ ਬੀਤੀ ਉਹਦਾ ਸੁਣੋ ਹਾਲ ਜੀ ਅੱਗੇ ਜੋ ਜੋ ਬੀਤੀ ਉਹਦਾ ਸੁਣੋ ਹਾਲ ਜੀ ਹੋ ਜਲ ਮੂਰੀਆ ਕੇ ਪਿਆ ਬੋਖ ਖਾਲਸ ਸਾਰੇ ਦੇਸ਼ ਵਿੱਚੋਂ ਗਿਆ ਮੋਖ ਖਾਲਸ ਸਾਰੇ ਦੇਸ਼ ਵਿੱਚੋਂ ਗਿਆ ਮੁੱਖ ਖਾਲਸਾ ਜਦੋਂ ਇਹ ਤੁਰਕਾਂ ਦਾ ਟੋਲਾ ਨੰਗ ਰਿਆ ਤੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਇਹ ਨੂਰ ਦੀ ਸਰਾਂ ਤਰਨ ਤਰਨ ਦੇ ਘੋਰ ਜੰਗਲ ਵਿੱਚ ਰਿਆ ਕਰਦੇ ਸੀ ਤੇ ਅੰਮ੍ਰਿਤ ਵੇੜਾ ਬਾਬਾ ਬੋਤਾ ਸਿੰਘ ਬਾਹਰ ਨਿਕਲਿਆ ਜਦੋਂ ਤੁਰਕਾਂ ਨੇ ਬਾਬਾ ਬੋਤਾ ਸਿੰਘ ਨੂੰ ਵੇਖਿਆ ਨਾ ਉਹਨੇ ਨਾਲ ਦੇ ਨੂੰ ਪੁੱਛਿਆ ਉਹ ਇਹ ਕਿਹੜਾ ਰਤਨ ਸਿੰਘ ਭੰਗੂ ਰਾਏ ਸਿੰਘ ਦਾ ਪੁੱਤਰ ਤੇ ਮਹਤਾਬ ਸਿੰਘ ਦਾ ਪੋਤਰਾ ਜਿਹਨੇ ਮੱਸੇ ਰੰਗਣ ਨੂੰ ਝਟਕਾਇਆ ਸੀ ਉਹਨੇ ਇੱਕ ਪੰਥ ਪ੍ਰਕਾਸ਼ ਗ੍ਰੰਥ ਲਿਖਿਆ ਆਂਦਾ ਮੈਂ ਆਪਣੇ ਵੱਡਿਆਂ ਵਡੇਰਿਆਂ ਦਾਦਿਆਂ ਬਾਬਿਆਂ ਤੋਂ ਬੋਤਾ ਸਿੰਘ ਦੀ ਸਾਖੀ ਆਪਣੇ ਕੰਨਾਂ ਨਾਲ ਸੁਣੀ ਆ ਉਹ ਲਿਖਦਾ ਸਾਖੀ ਬੋਤਾ ਸਿੰਘ ਕੀ ਮੈਂ ਸੁਣੀ ਰਤਨ ਸਿੰਘ ਕਾਨ ਉਹ ਸਿੰਘਣ ਕੀ ਨਿੰਦਿਆ ਸੁਣਤ ਜਨ ਕੀਨੋ ਸੀਸ ਕੁਰਬਾਨ ਜਤੀ ਸਦੀ ਤੋਂ ਪਰਨ ਕੋ ਪੂਰੋ ਗੁਰ ਕੋ ਸੇਵਕ ਦਿਲ ਕੋ ਸੂਰੋ ਮਾਝੇ ਮੇਥੋ ਤਾਕੋ ਗ੍ਰਾਮ ਬੋਤਾ ਸਿੰਘ ਤਾਸ ਕੋ ਨਾਮ ਜਬੇ ਦिए थे ਸਿੰਘ ਬੋ ਮਾਰ ਦਿਸੇ ਨਾ ਸੁਣੀਏ ਮਹੀਨੇ ਚਾਰ ਉਹ ਕਹੇ ਸਿੰਘ ਸਾਹਿਬ ਮਰਗਲ ਗਏ ਤੁਰਕਨ ਸਿੰਘ ਪਾਇ ਸੁਦਾ ਬੋਤਾ ਸਿੰਘ ਉ ਵਖ ਰਿਓ ਕਿਨੇ ਫਿਰਤਾ ਦੇਖ ਲਿਓ ਉਹ ਦੇਖਤੀ ਅਚੰਭੋ ਪਇਓ ਕਹਾਂ ਸਿੱਖ ਜਾ ਜੀਵਤ ਰਿਓ ਉਹਨੇ ਆਖਿਆ ਉਹ ਸਿੱਖ ਤੇ ਸਾਰੇ ਜਕਰੀਏ ਨੇ ਮਾਰ ਦਿਤਿਆ ਔਰ ਆਨੇ ਸਿੰਘ ਕਿਧਰੋਂ ਆ ਗਿਆ ਨਾਲ ਦੇ ਨੇ ਆਖਿਆ ਇਹ ਕੋਈ ਸਿੰਘ ਨਹੀਂਗਾ ਇਹ ਤੇ ਕੋਈ ਸਿੰਘਾਂ ਦੇ ਨਾਂ ਉਤੇ ਧੱਬਾ ਵਾ ਖਾਲਸੇ ਇਹੋ ਜੇ ਨਹੀਂ ਹੋਇਆ ਕਰਦੇ ਰਹਿਤ ਨਾਮੇ ਜ਼ਿਕਰ ਆਉਂਦਾ ਖਾਲਸਾ ਸੋ ਜੋ ਨਿਤ ਜੰਗ ਕਰੇ ਇਹ ਦਾ ਅਰਥ ਇਹ ਨਾ ਕੱਢ ਲੈਣਾ ਵੀ ਜਿਹਦੇ ਮਰਜ਼ੀ ਸਲੋਤਰ ਲੈ ਕੇ ਮਗਰ ਲੱਗ ਜੇ ਨਹੀਂ ਖਾਲਸਾ ਉਹ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਜੰਗ ਕਰਕੇ ਉਹਨਾਂ ਨੂੰ ਵਿੱਚੋਂ ਮਾਰ ਕੇ ਕੱਢ ਦੇਵੇ ਖਾਲਸਾ ਸੋ ਜੋ ਨਿਤ ਜੰਗ ਕਰੇ ਖਾਲਸਾ ਸੋ ਨਾ ਮਰਨ ਤੇ ਡਰੇ ਖਾਲਸਾ ਸੋ ਜੋ ਦੰਗਾ ਮਚਾਵੇ ਖਾਲਸਾ ਸੋ ਜੋ ਸੀਸ ਲਗਾਵੇ ਖਾਲਸਾ ਸੋ ਜੋ ਸ਼ਸਤਰ ਕੋ ਧਾਰੇ ਖਾਲਸਾ ਸੋ ਜੋ ਦੁਸ਼ਟ ਕੋ ਮਾਰੇ ਖਾਲਸਾ ਸੋ ਜੋ ਚੜੇ ਤੁਰੰਗ ਖਾਲਸਾ ਸੋ ਨਿਤ ਕਰੇ ਜੰਗ ਉਹਨੇ ਆਖਿਆ ਖਾਲਸੇ ਨਹੀਂਗੇ ਇਹ ਤੇ ਕੋਈ ਖਾਲਸੇ ਦੇ ਨਾਮ ਉਤੇ ਧੱਬਾ ਤੇ ਕੋਈ ਬਹਿਰੂਪੀਏ ਲੱਗਦੇ ਆ ਜਦੋਂ ਬੋਤਾ ਸਿੰਘ ਨੇ ਸੁਣਿਆ ਨਾ ਰਤਨ ਸਿੰਘ ਭੰਗੂ ਲਿਖਦਾ ਬੋਤਾ ਸਿੰਘ ਉੱਥੇ ਹੀ ਖਲੋ ਗਿਆ ਬੋਤਾ ਸਿੰਘ ਨੇ ਜਿਉ ਸੁਣੀ ਓ ਰਹਿੋ ਤਹਾਂ ਹੀ ਖਲੋਏ ਓਏ ਜਨਕਰ ਵਿਛੂ ਡੰਕ ਲਗਿਓ ਲਗੀ ਬੋਲੀ ਸਿੰਘ ਸੋਏ ਸਿੰਘ ਨੂੰ ਇਸ ਤਰ੍ਹਾਂ ਬੋਲੀ ਵੱਜੀ ਓ ਜਿਤਨਾ ਕੋਈ ਵਿਛੂ ਡੰਗ ਮਾਰਦਾ ਸਿੰਘ ਚਿਤ ਜੇ ਨਿਸ਼ਚੇ ਧਾਰੀ ਤੇ ਸੀਸ ਲਗੇ ਬਿਨ ਗੱਲ ਨਾ ਕਰੀ ਉਹਨੇ ਆਖਿਆ ਜੇ ਕਿ ਤੇ ਹੁਣ ਇੱਥੇ ਸਿਰ ਧੜ ਦੀ ਬਾਜੀ ਨਾ ਲਾ ਦੀਏ ਇਹ ਫਿਰ ਗੁਰੂ ਗੋਬਿੰਦ ਸਿੰਘ ਦਾ ਸਿੰਘ ਕੀ ਹੋਇਆ ਉਹਨੇ ਆਪਣੇ ਨਾਲ ਦੇ ਭਰਾ ਬਾਬਾ ਗਰਜਾ ਸਿੰਘ ਨਾਲ ਸਲਾਹ ਕੀਤੀ ਉਹ ਬਾਬਾ ਗਰਜਾ ਸਿਆ ਆ ਤੁਰਕਾਂ ਦੀ ਫੌਜ ਕੀ ਆਂਦੀ ਆ ਇਹ ਆਂਦੇ ਵੀ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਖਤਮ ਹੋ ਗਿਆ ਉਹਨੇ ਆਖਿਆ ਹਰ ਗੱਜ ਨਹੀਂ ਦਵੇਂ ਸੂਰਮੇ ਛਾਲਾ ਮਾਰਦੇ ਉਹਨਾਂ ਤੁਰਕਾਂ ਦੇ ਸਾਹਮਣੇ ਆਏ ਉਹ ਕੀ ਬੋਲਦੇ ਜਿਵੇਂ ਕੱਚਿਓ ਪਿੱਲਿਓ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਖਤਮ ਹੋ ਗਿਆ ਉਹਨਾਂ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਖਾਲਸੇ ਦਾ ਜਨਮ ਦੇ ਨਾ ਸਕਦਾ ਪਰ ਮਰਨ ਦਿਨ ਕਦੀ ਨਹੀਂ ਆ ਸਕਦਾ ਉਹਨਾਂ ਇੱਕ ਕੇਸਰੀ ਨਿਸ਼ਾਨ ਸਾਹਿਬ ਗੱਡ ਕੇ ਨਾਰਾ ਲਾਇਆ ਆਪਾਂ ਤੇ ਗਾ ਹੀ ਛੱਡਿਆ ਨਾ ਸਿੱਖੋ ਨਾ ਨਾਰਾ ਲਾਇਆ ਉਹਨਾਂ ਆਖਿਆ ਉਹ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਉਹਨੇ ਆਖਿਆ ਜਿੰਨੇ ਵੀ ਇੱਥੋਂ ਜਾਣਾ ਖਾਲਸੇ ਨੇ ਆਪਣਾ ਰਾਜ ਕਾਇਮ ਕਰ ਲਿਆ ਜੇ ਇੱਥੇ ਅਸੀਂ ਬਾਰਡਰ ਬਣਾ ਲਿਆ ਜਿਹੜਾ ਵੀ ਇੱਥੋਂ ਲੰਗੇ ਉਹ ਖਾਲਸੇ ਨੂੰ ਵਸੂਲ ਦੇ ਕੇ ਜਾਵੇ ਚੁੰਗੀ ਦੇ ਕੇ ਜਾਵੇ ਜਗਾਤ ਦੇ ਕੇ ਜਾਏ ਜਿਸ ਤਰ੍ਹਾਂ ਬਾਬਾ ਬੋਤਾ ਸਿੰਘ ਗਰਜਾ ਸਿੰਘ ਨੇ ਆਨਾ ਗੱਡਾ ਤੇ ਪੈਸਾ ਖੋਤਾ ਟੋਲ ਪਲਾਜਾ ਲਾਇਆ ਜਰਾ ਸੁਣੀਏ ਉਹਨਾਂ ਲੈਣਾ ਨੂੰ ਨੂਰਦੀ ਸਰਾਤ ਜੋਦਿਆਂ ਦੇ ਦਲੇਰਾਂ ਨੇ ਹੱਸ ਝੰਡਾ ਕੱਢਤਾ ਸੇਖ ਰਾਜ ਅੰਜ ਤੂੰ ਇਕਮ ਹੋ ਗਿਆ ਇਹ ਹੁਕਮ ਕੱਢਤਾ ਹੋ ਰੋਕੇ ਸਾਨੂੰ ਕਿਹੜਾ ਆਵੇ ਸਾਹਮਣੇ ਕਿਸ ਦੀ ਮਜਾਦ ਹੈ ਦੇ ਕੇ ਵਸੂਲ ਜਾਣਾ ਪੂ ਸਾਬਾ ਨੂੰ ਖਾਲਸੇ ਦਾ ਰਾਜ ਹੈ ਨੂਰੇ ਦੀ ਸਰਦ ਜੋਦਿਆਂ ਦਲੇਰਾਂ ਨੇ ਐਸ ਚੰਡਾ ਕੱਢਦਾ ਸਿੱਖ ਰਾਜ ਅੱਜ ਤੋਂ ਇੱਕੇਮ ਹੋ ਗਿਆ ਇਹ ਹੁਕਮ ਕੱਢਤਾ ਹੋ ਰੋਕੇ ਸਾਨੂੰ ਕਿਹੜਾ ਆਵੇ ਸਾਹਮਣੇ ਕਿਸ ਦੀ ਮਜਾਜ ਹੈ ਦੇ ਕੇ ਵਸੂਲ ਜਾਣਾ ਪਉ ਸਾਬਾਂ ਨੂੰ ਖਾਲਸ ਦਰਾਦ ਹੈ ਅੰਦਲਾਇਆ ਗੱਡੇ ਟਕ ਲਾਇਆ ਖੋਤੇ ਨੂੰ ਅਦੈਣਾ ਪਉ ਸਭ ਨੂੰ ਗਿਣ ਗਿਣ ਅਸਨਿਆ ਸਭ ਲੈਣਿਆ ਕਰਨਨ ਪੱਲ ਨੂੰ ਹਿੰਦ ਚ ਹਰਾਨੀ ਵਾਲੀ ਹੱਦ ਨਾ ਰਹੀ ਜੀ ਬਾਦਸ਼ਾਹ ਰਹੇ ਦੇ ਕੇ ਵਸੂਲ ਜਾਣਾ ਪੌਸਾ ਬਨੂ ਜ ਖਾਲਸੇ ਦਰਾਂ ਰਹਿ ਉਹ ਸੁਪੇਦਾਰ ਲੋਰ ਦਾ ਜੋ ਡਿੰਗਾ ਮਾਰਦਾ ਉਹ ਨੇਤਾ ਵਾ ਬੰਨਿਆ ਮੁੱਕ ਦੇਣੀ ਸਿੰਘ ਇਹ ਮਕਾਇਆ ਕਿਸੇ ਦੇ ਹਉਦਮਾਨ ਬੰਨਿਆ ਦਸਵੇਂ ਗੁਰਾਂ ਨੇ ਇਸ ਪੰਨ ਚਾੜੀਏ ਹੋ ਦਸਵੇਂ ਗੁਰਾਂ ਨੇ ਇਸ ਪੰਨ ਚਾੜੀਏ ਕਲ ਵੀ ਮੁਤਾਜ ਹੈ ਦੇ ਕੇ ਵਸੂਲ ਜਾਣਾ ਪਉ ਸਾਬਾਂ ਨੂੰ ਜੀ ਖਾਲਸ ਦਾ ਦਰਦ ਹੈ ਉਹ ਸਿੰਘ ਪੋਤਾ ਹੱਥ ਛੋਟਾ ਸੂਰਬੀਰ ਜੋ ਲਲਕਾਰ ਮਾਰਦਾ ਘਰ ਜਾਂ ਜੋ ਸਿੰਘ ਛੇਰ ਵਾਂਗ ਖੱਜਦਾ ਨਹੀਂ ਕਿਸੇ ਤੋਂ ਹਾਰਦਾ ਮੱਕ ਗਏ ਨੇ ਸਿੰਘ ਤਰਤ ਪੰਜਾਬ ਚੋਂ ਝੂਠਿਆਂ ਦੀ ਆਵਾਜ਼ ਹੈ ਜੀ ਝੂਠਿਆਂ ਦੀ ਆਵਾਜ਼ ਹੈ ਦੇ ਕੇ ਵਸੂਲ ਜਾਣਾ ਪਉ ਸਾਬਾਂ ਨੂੰ ਖਾਲਸੇ ਦਰਾਰ ਹੈ ਜਾਣ ਵਾਲੇ ਮੁਗਲਾਂ ਦੇ ਸਾ ਸੁੱਕ ਗਏ ਖਾਲਸੇ ਪਛਾਣ ਕੇ ਅੱਲਾ ਮੀਆਂ ਤੂੰ ਹੁਣ ਬੋੜ ਆਣ ਕੇ ਰੱਖ ਲੈ ਜਾਨ ਕੇ ਉਹ ਪਲ ਪਲ ਜਿਹੜੇ ਖੁਸ਼ੀਆਂ ਮਨਾਉਂਦੇ ਸੀ ਉਹ ਬੰਦ ਹੋ ਗਏ ਸਾਜ਼ ਹੈ ਦੇ ਕੇ ਵਸੂਲ ਜਾਣ ਪੂਸਾ ਬਨੂ ਦੀ ਖਾਲਸੇ ਦਰਾਰ ਹੈ ਉਹ ਛੜਦੇ ਸ਼ਬੀਲੇ ਕਬਰੂ ਪੰਜਾਬ ਦੇ ਹਾਨੀ ਹੁਣ ਦਿੰਦੇ ਨਾ ਆਛਾ ਨਾਲ ਸਿਰ ਉੱਚਾ ਰੱਖਦੇ ਦੁਖੀ ਹੁਣ ਦਿੰਦੇ ਨਾ ਅੱਖ ਪੱਲ ਕਾਲ ਹਾਲ ਕਰ ਦੱਸਦੇ ਜਿ ਵਿਖੜੇ ਜੁ ਕਾਰ ਹੈ ਦੇ ਕੇ ਵਸੂਲ ਜਾਣਾ ਪਉ ਸਭ ਨੂੰ ਖਾਲਸ ਦਾ ਰਾਹ ਹੈ ਗਰੀਬਾਂ ਦਾ ਸਹਾਈ ਗੁਰਪੰਥ ਖਰ ਸਾ ਮੜੀਆਂ ਨੂੰ ਮਾਰੇ ਨਾ ਧਿਆ ਸਿੰਘ ਭੋਸੀ ਗੁਰਾਂ ਦੀ ਦੇਰ ਦੀ ਮਾਂ ਬੱਲਾ ਜਤਾਰੇ ਨਾ ਦੇ ਦੇ ਕੇ ਵਸੂਲ ਰਵਾ ਰਵਾ ਪੱਜ ਦੇ ਜਿੱਡਾ ਟਿਪਈ ਪੱਜ ਹੈ ਦੇ ਕੇ ਵਸੂਲ ਜਾਣ ਪਉ ਸਾਬਾਂ ਨੂੰ ਖਾਲਸਾ ਦਾ ਰਾਜ ਹੈ ਜਿਹੜੇ ਘੜੀਕ ਪਹਿਲੋਂ ਆਂਦੇ ਸੀ ਨਾ ਵੀ ਖਾਲਸਾ ਖਤਮ ਹੋ ਗਿਆ ਉਹਨਾਂ ਆਖਿਆ ਅੱਲਾ ਮੀਆਂ ਕਿ ਤੇ ਅੱਜ ਇਹਨਾਂ ਨਿਹੰਗਾਂ ਸਿੰਘਾਂ ਤੋਂ ਬਚਾਲਾ ਮੁੜਕੇ ਇਸ ਪਗ ਡੰਡੀ ਤੇ ਮੁੜਕੇ ਨਹੀਂ ਅਸੀਂ ਆਉਂਦੇ ਆਂਦੇ ਨੱਕ ਰਗੜ ਕੇ ਲੀਕਾਂ ਕੱਢ ਕੇ ਤੇ ਜੇਬਾਂ ਢੇਰੀ ਕਰਕੇ ਖਾਲਸੇ ਕੋਲੋਂ ਮਾਫ਼ੀਆਂ ਮੰਗ ਕੇ ਤੇ ਤੁਰਦੇ ਬਣੇ ਜਦੋਂ 4 ਮਹੀਨੇ ਨਿਕਲ ਗਏ ਨਾ 4 ਮਹੀਨੇ ਬੋਤਾ ਸਿੰਘ ਨੂੰ ਰਾਜ ਕਰਦਿਆਂ ਨੂੰ ਤੇ ਬੋਤਾ ਸਿੰਘ ਨੇ ਸੋਚਿਆ ਉਹ ਜਿਹੜਾ ਲਾਹੌਰ ਬੈਠਾ ਚੱਕਰੀਆ ਖਾਨ ਡੀਂਗਾ ਮਾਰਦਾ ਜਿਹੜਾਂ ਦਾ ਮੈਂ ਖਾਲਸਾ ਗੁਰੂ ਗੋਬਿੰਦ ਸਿੰਘ ਦਾ ਸਾਰਾ ਖਤਮ ਕਰਤਾ ਉਹਨੂੰ ਕਿਤਨਾ ਪਤਾ ਲੱਗੇ ਬਾਬਾ ਬੋਤਾ ਸਿੰਘ ਨੇ ਆਉਣ ਜਾਣ ਵਾਲੇ ਸਦਾਗਰ ਜਿਹੜੇ ਸਦਾਗਰੀ ਕਰਦੇ ਸੀ ਨੇ ਇੱਧਰ ਦਾ ਮਾਲ ਉੱਧਰ ਤੇ ਉੱਧਰ ਦਾ ਉੱਧਰ ਪਹੁੰਚਾਉਂਦੇ ਸੀ ਉਹਨਾਂ ਦੇ ਕੋਲੇ ਇੱਕ ਚਿੱਠੀ ਲਿਖ ਕੇ ਭੇਜੀ ਜੋ ਚਿੱਠੀ ਵਿੱਚ ਕਰਾਰੀਆਂ ਲੈਣਾ ਬਾਬੇ ਬੋਤਾ ਸਿੰਘ ਨੇ ਜਕਰੀਏ ਨੂੰ ਲਿਖੀਆਂ ਦੱਸੀ ਵੀ ਜਗਰਾਜ ਸਿੰਘ ਆ ਜਾ ਮੈਂ ਹਾਂ ਸਿੰਘ ਬੋਤਾ ਹੱਥ ਵਿੱਚ ਮੋਟਾ ਛੋਟਾ ਆ ਨਾ ਗੱਡੇ ਪੈਸਾ ਖੋਤਾ ਤੂੰ ਨਲਾਇਕ ਖੋਤਾ ਤੇ ਇਥੋਂ ਰਾਜ ਨਹੀਂ ਹੋਤਾ ਤੂੰ ਜਾਏਂਗਾ ਦਰਗੇ ਰੋਤਾ ਤੂੰ ਆਖੀ ਭਾਬੀ ਖਾਨੋਂ ਨੂੰ ਤੇਰਾ ਦੇਵਰ ਸਿੰਘ ਹੈ ਬੋਤਾ ਤੂੰ ਆਖੀ ਭਾਬੀ ਖਾਨੋਂ ਨੂੰ ਤੇਰਾ ਦੇਵਰ ਸਿੰਘ ਹੈ ਬੋਤਾ ਆਂਦਾ ਉਹ ਤੂੰ ਆਖੀ ਭਾਬੀ ਖਾਨੋਂ ਨੂੰ ਤੇਰਾ ਦੇਵਰ ਸਿੰਘ ਹੈ ਬੋਤਾ ਹੱਥ ਵਿੱਚ ਮੋਟਾ ਸੋਟਾ ਲਵਾਂ ਜਗਾਤ ਆਨਾ ਗੱਡਾ ਤੇ ਪੈਸਾ ਖੋਤਾ ਇਹ ਭਾਬੀ ਖਾਨੋਂ ਕਿਉਂ ਆਖਿਆ ਜਿਹੜੀ ਖਾਨੋ ਸੀ ਨਾ ਉਹ ਜਕਰੀਏ ਖਾਨ ਦੀ ਵੱਡੀ ਭੈਣ ਸੀ ਤੇ ਬਾਬੇ ਬੋਤਾ ਸਿੰਘ ਦੇ ਪਿੰਡ ਪੜਾਣੇ ਵਿਖੇ ਵਿਆਹੀ ਹੋਈ ਸੀ ਇਸ ਕਰਕੇ ਇਹਨੂੰ ਭਾਈਚਾਰੇ ਵਜੋਂ ਆਖਿਆ ਤੂੰ ਕਹਦੀ ਭਾਬੀ ਖਾਨੋ ਨੂੰ ਤੇਰਾ ਦੇਵਰ ਸਿੰਘ ਹੈ ਬੋਤਾ ਜਿਸ ਜਿਹੜੇ ਚਿੱਠੀ ਲੈ ਕੇ ਸਦਾਗਰ ਦਰਬਾਰ ਦੇ ਵਿੱਚ ਪਹੁੰਚਦੇ ਆ ਇਹਨਾਂ ਅੱਖੀਂ ਡਿੱਠਾ ਸਾਰਾ ਸੀਨ ਉਸ ਜਕਰੀਏ ਨੂੰ ਸੁਣਾਇਆ ਉਹਨੇ ਆਖਿਆ ਓਏ ਕਿੰਨੇ ਕਾ ਉਹਨੇ ਆਖਿਆ ਮਹਾਰਾਜੇ ਜੇ ਤੇ ਆ ਦੋ ਹੀ ਪਰ ਆਪਣੇ ਆਪ ਨੂੰ 2.5 ਲੱਖ ਖਾਲਸਾ ਫੌਜ ਸੁਵਾਉਂਦੇ 2.5 ਲੱਖ ਇਹ ਨਿਹੰਗ ਸਿੰਘਾਂ ਦੇ ਬੋਲੇ ਆ ਨਿਹੰਗ ਸਿੰਘ ਇੱਕ ਨੂੰ 1.5 ਲੱਖ ਆਂਦੇ ਆ ਦੋ ਨੂੰ ਇਹ 2.5 ਲੱਖ ਆਂਦੇ ਆ ਸਿੱਖੋ ਜਿਹੜੇ ਮੈਂ ਇੱਕ ਦਿਨ ਬਾਬਾ ਰਣਜੀਤ ਸਿੰਘ ਦੀ ਢੜੀਆਂ ਵਾਲੇ ਜਿਹੜੇ ਇੱਥੇ ਵੀ ਸੇਵਾ ਕਰਕੇ ਗਏ ਆ ਕਈ ਵਾਰ ਉਹਨਾਂ ਦੇ دیਵਾਨਾ ਚ ਮੈਨੂੰ ਕਮੇਟੀ ਵਾਲੇ ਸੱਦ ਲੈਂਦੇ ਤੇ ਮੈਂ ਪਹਿਲਾਂ 1 ਘੰਟਾ ਟਾਈਮ ਲਾਉਣਾ ਇੱਕ ਦਿਨ ਅਸੀਂ ਟਾਈਮ ਲਾ ਰਹੇ ਸਾਂ ਤੇ ਉਹਨਾਂ ਸਾਨੂੰ 50 ਰੁਪਏ ਮਾਣ ਦਿੱਤਾ ਮੈਂ ਕਿਹਾ ਵੀ ਮਾਹ ਪੁਰਸ਼ਾਂ ਵੱਲੋਂ 50 ਲੱਖ ਦੰਬੜੇ ਜਥੇ ਨੂੰ ਹਾਜ਼ਰ ਕੀਤੇ ਗਏ ਸਤਗੁਰੂ ਚੜ੍ਹਦੀ ਕਲਾ ਕਰੇ ਇਹਨਾਂ ਪਚੰਗੀਆਂ ਦੀ ਮਾਂ ਵੀ دیਵਾਨ ਸੁਣਨ ਆਈ ਸੀ ਉਹ ਮੈਨੂੰ دیਵਾਨ ਦੀ ਸਮਾਪਤੀ ਤੋਂ ਬਾਅਦ ਦੱਸੇ ਵੀ ਦੋ ਬੀਬੀਆਂ ਮੂੰਹ ਜੋੜ ਕੇ ਆਪਸ ਵਿੱਚ ਗੱਲਾਂ ਕਰਦੀਆਂ ਸੀ ਵੀ ਇਹਨਾਂ ਨਿਹੰਗ ਸਿੰਘਾਂ ਨੂੰ ਬਾਬਿਆਂ ਨੇ ਇਕੱਠਾ ਹੀ 50 ਲੱਖ ਦਿੱਤਾ ਇਹ ਨਿਹੰਗ ਸਿੰਘਾਂ ਦੇ ਬੋਲੇ ਆ ਇੱਕ ਨੂੰ ਸਵਾ ਲੱਖ ਆਂਦੇ ਆ ਦੋ ਨੂੰ ਏ ਢਾਈ ਲੱਖ ਆਂਦੇ ਆ ਜੇ ਕੋਈ ਬੰਦਾ ਸਿਰ ਤੋਂ ਗੰਜਾ ਹੋਵੇ ਨਾ ਉਹਨੂੰ ਗੰਜਾ ਨਹੀਂ ਆਂਦੇ ਉਹਨੂੰ ਸਗੋਂ ਵਡਿਆਕ ਕੇ ਕਲਗਾ ਸਿੰਘ ਆਂਦੇ ਆ ਜੇ ਕੋਈ ਲਾਤ ਤੋਂ ਲੰਗੜਾ ਹੋਵੇ ਨਿਹੰਗ ਸਿੰਘ ਉਹਨੂੰ ਸਚਾਲਾ ਸਿੰਘ ਆਂਦੇ ਆ ਜੇ ਕੋਈ ਅੱਖਾਂ ਤੋਂ ਅੰਨ੍ਹਾ ਹੋਵੇ ਨਿਹੰਗ ਸਿੰਘ ਉਹਨੂੰ ਅੰਨ੍ਹਾ ਆਖ ਕੇ ਉਹਦਾ ਦਿਲ ਨਹੀਂ ਦਿਖਾਉਂਦੇ ਉਹਨੂੰ ਸੂਰਮਾ ਸਿੰਘ ਆਂਦੇ ਆ ਜਿਹੜਾ ਇੱਕ ਅੱਖ ਤੋਂ ਕਾਣਾ ਹੋਵੇ ਨਿਹੰਗ ਸਿੰਘ ਉਹਨੂੰ ਲਖ ਨੇਤਰਾ ਸਿੰਘ ਆਂਦੇ ਆ ਜੇ ਕੋਈ ਕੰਨਾ ਤੋਂ ਬੋਲਾ ਹੋਵੇ ਨਿਹੰਗ ਸਿੰਘ ਨੂੰ ਚਵਾਰੇ ਚੜ ਜਾਂਦੇ ਆ ਜਿਹੜੀ ਗੁਰੂ ਕੇ ਸਿੱਖੋ ਜਿਹੜੇ ਨਿਹੰਗ ਸਿੰਘਾਂ ਦੇ ਬੋਲੇ ਆ ਜਥੇਦਾਰ ਕਪੂਰ ਸਿੰਘ ਨੇ ਇੱਕੇ ਦਿਨ 264 ਬੋਲੇ ਬੈ ਕੇ ਬਣਾਏ ਸੀ 264 ਬੋਲੇ ਵੀ ਕੋਈ ਖਾਲਸੇ ਦਾ ਦੁਸ਼ਮਣ ਕੋਟ ਵੱਲ ਸਮਝ ਨਾ ਸਕੇ ਦਇਆ ਸਿੰਘ ਦਿਲਬਰ ਕੌਮ ਦੇ ਮਹਾਨ ਢਾਡੀ ਉਹ ਇੱਕ ਦਿਨ ਗੱਲ ਸੁਣਾਵੇ ਆਂਦਾ ਮੈਂ ਕਰਾਨੇਗਾ ਸਿੰਘਾਂ ਦੇ ਛੌਣੇ 'ਚ ਦਵਾਨ ਲਾਉਣ ਚਲੇ ਗਿਆ ਤੇ ਮੈਨੂੰ ਆਂਦੇ ਪੀ ਬਾਬਾ ਜੀ ਤੁਸੀਂ ਢਿੱਡ ਫੂਕਣੀ ਵਿਹੜੇ 'ਚ ਛਕੋਗੇ ਕਿ ਚਬਾਰੇ 'ਚ ਛਕੋਗੇ ਢਿੱਡ ਫੂਕਣੀ ਨਿਹੰਗ ਸਿੰਘ ਚਾਹ ਨੂੰ ਆਂਦੇ ਆ ਤੇ ਜਿਹੜਾ ਇਹਨਾਂ ਕੋ ਬਾਟਾ ਹੁੰਦਾ ਇਹਨੂੰ ਇਹ ਵਿਹੜਾ ਆਂਦੇ ਆ ਤੇ ਗਲਾਸ ਨੂੰ ਇਹ ਚਬਾਰਾ ਆਂਦੇ ਆ ਆਂਦਾ ਮੈਂ ਕਿਹਾ ਬਾਬਾ ਜੀ ਵਿਹੜੇ 'ਚ ਛਕ ਲਾਂਗੇ ਆਂਦਾ ਮੈਨੂੰ ਕੀ ਪਤਾ ਸੀ ਜਦੋਂ 2.5 ਕਿਲੋ ਦੇ ਸਾਡੇ ਗਾੜੀ ਰੱਖੇ ਨਾਲ ਲਿਆ ਕੇ ਸਰਬਲੋਹ ਦੇ ਬਾਟੇ ਆਹ ਤਾਂ ਮੈਂ ਕਿਹਾ ਬਾਬਾ ਜੀ ਸਾਨੂੰ ਪਤਾ ਹੁੰਦਾ ਤੁਸੀਂ ਇਹਨੂੰ ਵੇੜ ਆਂਦੇ ਜੇ ਤੇ ਅਸੀਂ ਚਬਾਰੇ ਚ ਸ਼ੱਕ ਲੈਂਦੇ ਐ ਬਾਬਾ ਜੀ ਬਿਸਕਟ ਸ਼ਕੋਗੇ ਬਿਸਕਟ ਆਂਦਾ ਵੀ ਸ਼ੱਕ ਲਾਂਗੇ ਆਂਦਾ ਰਾਤ ਦੀਆਂ ਬਚੀਆਂ ਹੋਈਆਂ ਰੋਟੀਆਂ ਅੰਨੇ ਦੀ ਇੱਕ ਵਰਗੀਆਂ ਜਦੋਂ ਸਾਡੀ ਇੱਕ ਇੱਕ ਤਲੀ ਤੇ ਰੱਖੀ ਤੇ ਮੈਂ ਕਿਹਾ ਬਾਬਾ ਜੀ ਸਾਨੂੰ ਪਤਾ ਹੁੰਦਾ ਤੁਸੀਂ ਇਹਨੂੰ ਬਿਸਕਟ ਆਂਦੇ ਜੇ ਤੇ ਇਹੋ ਜਿਹੇ ਬਿਸਕਟ ਤੇ ਸਾਨੂੰ ਚੌਹਾਂ ਟਾਡੀਆਂ ਨੂੰ ਇੱਕੋ ਹੀ ਵੜਾ ਸੀ ਇਹ ਖਾਲਸੇ ਤੇ ਬੋਲੇ ਆ ਮੈਂ ਵੀ ਇੱਕ ਦਿਨ ਫਸ ਗਿਆ ਮੈਂ ਵੀ ਨਿਹੰਗ ਸਿੰਘਾਂ ਦੇ ਛੋਣੇ ਚਲੇ ਗਿਆ ਤੇ ਮੈਨੂੰ ਆਂਦੇ ਬਾਬਾ ਜੀ ਗਰੜੇ ਛਕੋਗੇ ਗਰੜੇ ਮੈਂ ਕਿਹਾ ਚੱਲ ਪ੍ਰਸ਼ਾਦਾ ਤੇ ਛਕਿਆ ਨੇ ਆ ਤੇ ਗਰੜੇ ਛੱਕ ਕੇ ਵੇਖ ਲੈਨੇ ਆ ਉਹਨਾ ਮੇਰੇ ਘੜੀ ਚੌਲਾਂ ਦਾ ਬਾਟਾ ਜਿਹੜੇ ਪਿੱਛੇ ਦੇ ਚੌਲ ਹੁੰਦੇ ਆ ਉਹ ਰੱਖ ਤੇ ਸਤਿਗੁਰੂ ਕਿਰਪਾ ਕਰੇ ਨਿਹੰਗ ਸਿੰਘਾਂ ਦੇ ਬੋਲੇ ਜਥੇਦਾਰ ਕਪੂਰ ਸਿੰਘ ਨੇ ਇੱਕੇ ਦਿਨ ਬਹਿ ਕੇ ਬਣਾਏ ਸੀ ਵੀ ਕੋਈ ਦੁਸ਼ਮਣ ਖਾਲਸੇ ਦਾ ਕੋਟ ਵੱਲ ਸਮਝ ਨਾ ਸਕੇ ਵਰਤਣੇ ਤੇ ਲੰਗਰ ਵਿੱਚ ਪੁੱਜੇ ਛੋਲੇ ਤੇ ਨਾਲ ਦੇ ਨੇ ਪੁੱਛਣਾ ਵੀ ਅੱਜ ਲੰਗਰ ਚ ਕੀ ਵਰਤ ਰਿਆ ਉਹਨੇ ਆਖਣਾ ਜੀ ਅੱਜ ਲੰਗਰ 'ਚ ਬਾਦਾਮ ਵਰਤ ਰੇ ਬਾਦਾਮ ਤੇ ਦੁਸ਼ਮਣਾਂ ਨੇ ਸੋਚਣਾ ਉਹ ਜਿਹੜੇ ਨਰੇ ਹੀ ਬਾਦਾਮ ਖਾਂਦੇ ਆ ਇਹ ਇਹਨਾਂ ਕੋਲੋਂ ਤੇ ਬਚਣਾ ਮੁਸ਼ਕਲ ਆ ਇਹ ਨਹੀਂ ਸਾਨੂੰ ਛੱਡਦੇ ਆਉਣਾ ਇੱਕ ਸਿੰਘ ਤੇ ਆਖਣਾ ਵੀ ਕਿੰਨੀ ਫੌਜ ਆ ਗਈ ਆਖਣਾ ਜੀ ਸਵਾ ਲੱਖ ਫੌਜ ਉਤਰਾਈ ਆ ਦੋ ਉਹਨੇ ਆਖਣਾ ਜੀ ਢਾਈ ਲੱਖ ਗੁਰੂ ਗੋਬਿੰਦ ਸਿੰਘ ਜੀਆਂ ਫੌਜਾਂ ਉਤਰਾਈਆਂ ਜਦੋਂ ਦੁਸ਼ਮਣਾਂ ਨੇ ਸੁਣਨਾ ਉਹਨਾਂ ਜੁਮ੍ਹਾਂ ਛੜ ਜਣੀਆਂ ਉਹ ਇੱਥੇ ਤੇ 2.5 ਲੱਖ ਇਕੱਠਾ ਹੀ ਉਤਰਨ ਡਿਆ ਇਹਨਾਂ ਦਾ ਮੁਕਾਬਲਾ ਕੌਣ ਕਰੂਗਾ ਇਸ ਕਰਕੇ ਖਾਲਸੇ ਦੇ ਬੁੱਲ ਬਾਲੇ ਸੀ ਉਹਨੇ ਆਖਿਆ ਹੈਗੇ ਤੇ ਆ ਦੋ ਹੀ ਪਰ ਆਪਣੇ ਆਪ ਨੂੰ 2.5 ਲੱਖ ਖਾਲਸਾ ਫੌਜ ਸਵਾਉਂਦੇ ਹੀ ਉਹਨੂੰ ਚੜ ਗੁੱਸਾ ਗਿਆ ਉਹਨੇ ਜਲਾਲਦੀਨ ਜਰਨੈਲ ਨੂੰ ਆਖਿਆ ਮਨ ਮਰਜੀ ਦੀ ਫੌਜ ਲੈਦਾ ਉਹਨਾਂ ਦਵਾਂ ਨੂੰ ਜਿੰਦਾ ਜਾਂ ਮਰਦਾ ਮੇਰੇ ਦਰਬਾਰ ਦੇ ਵਿੱਚ ਪੇਸ਼ ਕਰੋ 100 ਜਵਾਨ ਤੇ ਲਾਕੇ ਦੀਆਂ ਧਾੜਾਂ ਲੈ ਕੇ ਜੈਲੀ ਜੈਲੀ ਤੇ ਨਾਰੇ ਲਾਉਂਦਾ ਜਦੋਂ ਨੂਰ ਦੀ ਸਰਾਂ ਦੇ ਕੋਲ ਆਇਆ ਨਾ ਆਂਦੇ ਬਾਬੇ ਬੋਤਾ ਸਿੰਘ ਨੇ ਐਡੀ ਬਲੰਦ ਆਵਾਜ਼ ਜਕਾਰਾ ਲਾਇਆ ਓਏ ਸੌ ਦਾ ਸੌ ਹੀ ਉਥੇ ਘੋੜਾ ਖਲੋ ਗਿਆ ਉਹਨੇ ਆਖਿਆ ਓਹ ਦਵਾਈ ਖਦਾ ਦੀ ਜਿਹਦੀ ਆਵਾਜ਼ ਦੇ ਵਿੱਚ ਇੰਨੀ ਬਲੰਦੀ ਆਉਦੇ ਜਿਸਮ ਵਿੱਚ ਤਾਕਤ ਕਿੰਨੀ ਹੋਏਗੀ ਸੌ ਦੀ ਹਿੰਮਤ ਨਹੀਂ ਪੈਰੀ ਫਿਰ ਬਾਬਾ ਬੋਤਾ ਸਿੰਘ ਉਹਨਾਂ ਦੇ ਆ ਮਗਰ ਭਜਾ ਜਿੱਤਰਾ ਕੋਈ ਛੇਰ ਛਕਾਰ ਦੇ ਮਗਰ ਭਜਦਾ ਪਹਿਲਾਂ ਤਾਂ ਸਿੰਘਾਂ ਦੇ ਕੋਲ ਜਿਹੜੇ ਸਲੋਤਰ ਸੀ ਪਹਿਲਾਂ ਤੇ ਉਹ ਵਗਾਤੇ ਮਾਰੇ ਫਿਰ ਸਿੰਘਾਂ ਨੇ ਟੀਮਾਂ ਪੁੱਟ ਲਈਆਂ ਰਤਨ ਸਿੰਘ ਭੰਗੂ ਕਹਿੰਦਾ ਮੋٹے ਡੀਮ ਫਿਰ ਸਿੰਘਣ ਚਲਾਈ ਤੇ ਹੱਥ ਸਿੰਘਣ ਕੇ ਤੁਰਕ ਨ ਆਈ ਤੇ ਤੁਰਕਨ ਘੋੜੇ ਦੇਖ ਲਈ ਦੋ ਮਰਦਾਂ ਨੇ 100 ਜਵਾਨਾਂ ਦੇ ਘੋੜੇ ਇੱਕ ਰਾ ਹਲਾ ਕੇ ਰੱਖ ਦਿੱਤੇ ਫਿਰ ਕੀ ਕੀਤਾ ਆਂਦੇ ਉਸ ਜਲਾਲਦੀਨ ਨੇ ਆਖਿਆ ਬੋਤਾ ਸਿੰਘਾ ਤੇਰੀ ਇਸੇ ਚ ਭਲਾਈ ਆ ਵੀ ਤੂੰ ਹੱਥ ਖੜੇ ਕਰ ਦੇ ਤੇ ਤੈਨੂੰ ਅਸੀਂ ਜਕਰੀਏ ਕੋ ਮਾਫ ਕਰਾ ਦੇਾਂਗੇ ਉਹਨੇ ਆਖਿਆ ਹੋਵੇ ਗੁਰੂ ਗੋਬਿੰਦ ਸਿੰਘ ਦਾ ਸਿੰਘ ਤੇ ਮਾਫੀ ਉਹਨੇ ਆਖਿਆ ਤੇ ਸਾਡੇ ਗੱਲ ਹੀ ਨਹੀਂ ਇਸੇ ਆਈ ਤੁਸੀਂ ਜੇ ਬਹੁਤੇ ਤੇ ਅਸੀਂ ਆ ਥੋੜੇ ਜੇ ਕਿਤੇ ਮਰਦਾਂ ਦੇ ਹੱਥ ਜਮਾ ਕੇ ਵੇਖਣੇ ਨਾ ਸਾਡੇ ਦੋ ਦੇ ਨਾਲ ਜਰਾ ਆਪਣੇ ਚਾਰ-ਚਾਰ ਕੱਢ ਜਦੋਂ ਉਹਨੇ ਚਾਰ-ਚਾਰ ਕੱਢੇ ਨਾ ਜਵਾਨ ਤੇ ਉਹਨੇ ਚੋਹਾਂ ਚੋਹਾਂ ਦਾ ਹੀ ਸਫਾਇਆ ਕਰਤਾ ਫੇਰ ਉਹਨੇ ਆਖਿਆ ਹੁਣ ਪੰਜ ਪੰਜ ਕੱਢ ਜਿਹੜੇ ਤੇਰੇ ਖੱਬੀ ਖਾਨ ਤੂੰ ਸਾਡੇ ਤੇ ਚੜ ਕੇ ਲਿਆਇਆ ਜਦੋਂ ਪੰਜ ਪੰਜ ਕੱਢੇ ਉਸ ਵੇਲੇ ਸਾਬ ਗੁਰੂ ਗੋਬਿੰਦ ਸਿੰਘ ਜਿਆ ਸਿੰਘਾਂ ਨੇ ਰਾਜਨੀਤੀਦਿਆਂ ਮਹਿਰ ਸਿੰਘਾਂ ਨੇ ਰਹਿਤਵਾਨ ਸਿੰਘਾਂ ਨੇ ਜਿੱਤਰਾ ਪੰਜਾਂ ਪੰਜਾਂ ਦਾ ਸਫਾਇਆ ਕੀਤਾ ਦਸੀ ਜੁਗਰਾਜ ਸਿੰਘ ਜਰਾ ਸਾਕੇ ਦੀਆਂ ਚਾਰ ਲੈਣਾ ਜੇ ਚਾਹ ਡਿੱਗੇ ਪੰਜ ਗੱਭਰੂ ਤੁਰਕਾਂ ਨੇ ਕੱਲੇ ਸਿੱਖ ਖੜ ਕੇ ਪਿੱਠਾ ਜੋੜ ਕੇ ਝਟ ਮੋਰਚੇ ਮੱਲੇ ਸਿੰਘ ਰੋਕਣ ਵਾਰ ਬਚਾ ਕੇ ਫਿਰ ਕਰਦੇ ਹੱਲੇ ਜੇ ਕਾਫੀ ਦੋਹਾਂ ਸਿੰਘਾਂ ਨੇ ਪੰਜ ਗੱਭਰੂ ਠੱਲੇ ਨਹੀਂ ਅਣਖੀ ਪਿੱਛੇ ਹਟਦੇ ਕੁਝ ਹੋਵੇ ਪੱਲੇ ਪੱ ਸ਼ੇਰਾ ਨਾਲ ਮੁਕਾਬਲਾ ਕਿ ਕੰਨਨ ਗੱਲੇ ਫਿਰ ਫੁਰਤੀ ਦੇ ਨਾਲ ਵਾਰਸੀ ਉੱਥੇ ਸਿੰਘਾਂ ਨੇ ਚੱਲੇ ਉਹਨਾਂ ਪੰਜੇ ਖਾਸੀ ਸੁੱਟਲੇ ਘੋੜਿਆਂ ਤੋਂ ਥੱਲੇ ਫਿਰ ਪੈ ਗਈ ਸਾਰੀ ਫੌਸੀ ਕਰ ਹੱਲਾ ਪਾਰਾ ਤੇ ਉਧਰ ਦੋਆ ਸੂਰੀਆ ਛੱਡਿਆ ਜਿ ਘਾਰਾ ਉੱਥੇ ਗੁੱਥਮ ਗੁੱਥਾ ਹੋ ਗਏ ਤੇ ਲਾਇਆ ਸਾਰਾ ਉੱਥੇ ਲੋ ਮਰਜਦਾ ਹੋ ਗਿਆ ਬਲਦੇਵ ਜਗਾਰਾ ਉੱਥੇ ਖਰ ਖਰਤੇ ਗਾ ਚਲੀਆਂ ਜਦ ਹੋਇਆ ਕਰਾਰਾ ਤੀ ਹੋਰ ਮਾਰ ਲੈ ਤੁਰਕੜੇ ਵਾ ਸਿੱਖ ਸਰਦਾਰਾ ਉਹ ਤੇ ਹਾਲ ਦਵਾਈ ਮੱਚ ਗਈ ਹੋਇਆ ਗੁਰਦਗਪਾਰਾ ਉਹ ਜਿੰਨੂ ਕਾਲ ਦੀ ਪੁੱਤਰੀ ਸ਼ੋ ਗਈ ਕਰ ਗਿਆ ਕਿਨਾਰਾ ਜਿੰਨੂ ਕਾਲ ਦੀ ਪੁੱਤਰੀ ਸ਼ੋ ਗਈ ਕਰ ਗਿਆ ਕਿਨਾਰਾ ਉਹ ਜਿੰਨੂ ਕਾਲ ਦੀ ਪੁੱਤਰੀ ਸ਼ੋ ਗਈ ਉਹ ਕਰ ਗਿਆ ਕਿਨਾਰਾ ਜਿੰਨੂ ਇੱਕ ਵਾਰ ਬਾਬਾ ਬੋਤਾ ਸਿੰਘ ਦੀ ਤੇਗ ਵੱਜੀ ਮੁੜ ਕੇ ਉਹਨੇ ਪਾਣੀ ਨਹੀਂ ਮੰਗਿਆ ਜਦੋਂ ਪੰਨਾਂ ਪੰਨਾਂ ਦਾ ਵੀ ਸਫਾਇਆ ਕਰਤਾ ਫਿਰ ਕੀ ਕੀਤਾ ਤੁਰਕਾਂ ਨੇ ਦੂਰੋਂ ਤੀਰ ਚਲਾਉਣੇ ਸ਼ੁਰੂ ਕੀਤੇ ਤੇ ਜਦੋਂ ਸਿੰਘਾਂ ਦੇ ਤੀਰ ਵੱਜਦਾ ਸੀ ਨਾ ਤੇ ਤੀਰ ਪੁੱਟ ਕੇ ਕਹਿੰਦੇ ਸੀ ਉਹ ਤੁਰਕੋ ਤ੍ਰਿਗਤ ਮਾਰੇ ਤੀਰ ਤੇ ਹਮਰਾ چیر ਨਾ ਸਕੇ ਸਰੀਰ ਕਿਉਂਕਿ ਅਜ ਵਰਗੇ ਸੋਲ ਸਰੀਰ ਨਹੀਂ ਸੀ ਪਾਲੇ ਦੇ ਨਾਲ ਧੁੱਪਾਂ ਦੇ ਨਾਲ ਗਰਮੀਆਂ ਬਰਸਾਤਾਂ ਦੇ ਨਾਲ ਜਿਹੜਾ ਉਤਲਾ ਜਿਸਮ ਸੀ ਉਹ ਗੈਂਡੇ ਦੀ ਖਲ ਵਰਗਾ ਹੋ ਚੁੱਕਾ ਸੀ ਉਹ ਤੀਰ ਵਿੱਚੋਂ ਦੁਸ਼ਮਣਾਂ ਦਾ ਨੰਗਦਾ ਹੀ ਨਹੀਂ ਸੀ ਸਿੰਘਾਂ ਦੇ ਜਦੋਂ ਤੀਰਾਂ ਕੁਝ ਨਾ ਸਵਾਰਿਆ ਰਤਨ ਸਿੰਘ ਪੰਗੂ ਲਿਖਦਾ ਫਿਰ ਤੁਰਕਨ ਬੰਦੂਕ ਸੰਭਾਰੀ ਤੇ ਲਾਵੇਂ ਸਿੰਘਣ ਗੋਲੀ ਭਾਰੀ ਜਹਾਂ ਲੱਗੇ ਹੱਡ ਦੇਵੇ ਤੋੜ ਹੁਣ ਬੰਦੂਕ ਦਾ ਕੰਮ ਜਿੱਥੇ ਵੱਜਦੀ ਉੱਥੇ ਛੱਡਦੀ ਕੁਝ ਨਹੀਂ ਪਹਿਲਾਂ ਤੇ ਨਿਸ਼ਾਨਾ ਲੈ ਕੇ ਇੱਕ ਇੱਕ ਹੱਥ ਭੰਨਿਆ ਹਰ ਇੱਕ ਕਪਟ ਭੰਨਿਆ ਤੇ ਆਖਿਆ ਬੋਤਾ ਸਿੰਘਾ ਰੱਖਾਂਗੇ ਕੋਲ ਤੈਨੂੰ ਆਪਣੇ ਅਸੀਂ ਜਰੂਰ ਪਰ ਰੱਖਾਂਗੇ ਮੁਸਲਮਾਨ ਬਣਾ ਕੇ ਜਦੋਂ ਖੋਟਾ ਬਚਨ ਕੀਤਾ ਬਾਪੇ ਬੋਤਾ ਸਿੰਘ ਨੇ ਇੱਕ ਲਾਤੇ ਤੁਰ ਕੇ ਜਿੱਤਰਾ ਮੁੰਡੇ ਖੱਡੀ ਖੱਡਾ ਖੇਡਦੇ ਆ ਨਾ ਠਿਕਰੀ ਸੁੱਟ ਕੇ ਇੱਕ ਲਾਤੇ ਤੁਰ ਕੇ ਤੇ ਉਹ ਤੁਰਕ ਦਾ ਸਿਰ ਪਾੜਿਆ ਉਹਨੇ ਆਖਿਆ ਉਹ ਦੁਹਾਈ ਖਦਾ ਦੀ ਇਹ ਤੇ ਮਰੇ ਮਰੇ ਵੀ ਨਹੀਂ ਕਿਸੇ ਨੂੰ ਛੱਡਦੇ ਇੱਕ ਦਮ ਸਾਰੀ ਫੌਜ ਅੱਲਾ ਕਰਕੇ ਪੈ ਜੋ ਇਦਰ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਆਪਸ ਵਿੱਚ ਸਲਾਹ ਕੀਤੀ ਓਏ ਭਰਾਵਾ ਆਪਾਂ ਦਲੇ ਜਾਣੇ ਪਿੱਠਾਂ ਜੋੜ ਲਈਏ ਜੇ ਕੋਈ ਤੇਰੇ ਤੇ ਦੁਸ਼ਮਣ ਪਿੱਛੋਂ ਵਾਰ ਕਰੇ ਉਹਨੂੰ ਮੈਂ ਸੰਭਾਲੂਗਾ ਜਿਹੜਾ ਮੇਰੇ ਪਿੱਛੋਂ ਵਾਰ ਕਰੇ ਉਹਨੂੰ ਤੂੰ ਸੰਭਾਲੀ ਛੰਦ ਦਾ ਸਿਰਲੇਖ ਹੈ ਓਏ ਪਿੱਠਾਂ ਜੋੜ ਖਲੋ ਗਏ ਤੇ ਦੋ ਮਰਦ ਹਠੀਲੇ ਜੀ ਜਦੋਂ ਸੁਣ ਲਿਆ ਜਕਰੇ ਸਿੰਘਾਂ ਦਾ ਕਾਰਾ ਦਿਲ ਉਸਦਾ ਡੋਲਿਆ ਹਾ ਡੋਲਿਆ ਜੋ ਡੋਲੇ ਪਾਰ ਹੁਕਮ ਸੁਣਾਵੇ ਫੋਜ ਨੂੰ ਕੱਢ ਬੋਲ ਜਰੀਲੇ ਮਿੱਠਾ ਜੋਣ ਖਲੋਗੇ ਹਾਂ ਖਲੋਗੇ ਦੋ ਮਰਦੇ ਆ ਥਿਲੇ ਵਾਦ-ਵਾਦ ਸੱਤਾ ਮਾਰਦੇ ਬੋਤਾ ਸਿੰਘ ਗਰਜਾ ਸਿੰਘਾ ਕਰਤਾ ਪਲਾ ਵਿੱਚ ਹਾਂ ਪਲਾ ਵਿੱਚ ਵੈਰੀ ਦਾ ਹਰ ਜਾ ਹਥਲ ਮੁਗਲਾਂ ਦਾ ਕਰ ਦਿੱਤਾ ਸੀ ਥਿਲੇ ਥਿਲੇ ਪਿਠਾ ਜੋੜ ਖਲੋਗੇ ਹਾਂ ਖਲੋਗੇ ਦੋ ਮਰਦੇ ਥਿਲੇ ਬਹਾਦਰ ਕਈ ਦੁਸ਼ਮਣ ਰੁੱਲੇ ਅਣਖੀ ਮਰਦ ਬਹਾਦਰ ਕਈ ਦੁਸ਼ਮਣ ਰੁੱਲੇ ਗਾਜਿ ਉਡਦੇ ਜਾਵਦੇ ਹਾ ਜਾਵਦੇ ਜੋਬ ਰੁੱਲੇ ਹੋਏ ਕਲਗੀ ਧਰਦੇ ਪੁੱਤਰਾ ਉਡਣੇ ਸਭ ਕਿਲੇ ਪਿੱਠਾ ਖਲੋਗੇ ਦੋ ਮਰਦ ਠਿਲੇ ਮੌਤ ਮਜਾਜਣਾ ਰੱਜ ਦੀ ਪੀ ਕੇ ਲੌਂ ਕਾਸੇ ਪਰ ਪਰਬਤ ਵਾਂਗ ਅਡੋਲ ਸੀਹਾ ਅਡੋਲ ਸੀ ਬੁੱਲਾ ਤੇ ਹਾਸੇ ਨੇਤਰ ਵਾਂਗ ਮਸਾਂ ਵਾਲਾ ਸਤਗੁਰ ਦੀ ਲੀਲੇ ਪਿੱਠਾ ਜੋੜ ਖਲੋਗੇ ਹਾਂ ਖਲੋਗੇ ਦੋ ਮਰਦ ਠਿਲੇ ਲੇ ਤੂੰ ਸਾ ਕਿਆ ਸੀ ਸਿੰਘਾਂ ਦਾ ਹੋ ਗਿਆ ਸਫਾਇਆ ਪਰ ਕਦੇ ਨਾ ਮੁੱਕਦੇ ਖਾਲਸੇ ਹਾਂ ਖਾਲਸੇ ਇਹ ਯਾਦ ਕਰੇ ਫਿਰ ਹੋਵੇਂ ਖੜੇ ਇੰਨਾ ਟੁਕ ਟੁਕ ਕੇ ਛੋਟੀਆਂ ਕਰਤਾ ਉਹਨਾਂ ਨੂੰ ਯਕੀਨੀ ਆਉਂਦਾ ਕਿਤੇ ਫਿਰ ਉੱਠ ਕੇ ਨਾ ਖਲੋ ਜਾਣਾ ਟੁਕ ਟੁਕ ਵੇ ਤੁਰਕਨ ਕਰੇ ਮਤ ਸਿੰਘ ਫਿਰ ਹੋਵੇਂ ਖੜੇ ਇਨ ਬਿੱਧ ਸਿੰਘਣ ਸ਼ਹੀਦੀ ਪਾਈ ਤਨ ਮਾਤਾ ਤੇ ਧਨ ਪਿਤਾ ਉਸ ਪਾਈ ਜਾਏ ਰਲੇ ਵੇ ਸ਼ਹੀਦਨ ਡੇਰੇ ਪੀਰ ਪਕੰਬਰ ਜਿੰਨ ਮਨ ਘੇਰੇ ਸ਼ਹੀਦੀ ਬੜੀ ਬੋਤਾ ਸਿੰਘ ਲਈ ਰਤਨ ਸਿੰਘ ਸੁਣੀ ਸੋਈ ਕਹੀ ਰਤਨ ਸਿੰਘ ਭੰਗੂ ਕਹਿੰਦਾ ਜੋ ਮੈਂ ਆਪਣੇ ਵਡਿਆ ਵਡੇਰਿਆਂ ਤੋਂ ਸੁਣਿਆ ਉਹ ਮੈਂ ਲਿਖ ਦਿੱਤਾ ਮੈਂ ਜਰਾ ਜਿੰਨਾ ਵੀ ਤੇ ਝੂਠ ਨਹੀਂ ਲਿਖਿਆ ਇਹਨਾਂ ਨੂੰ ਮਰਨ ਆਖਿਆ ਸੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੋ ਮੁਖ ਹੈ ਅੰਗਾ ਖਾਲਸੇ ਕੇ ਹਾਂ ਸਦ ਸਦ ਸੰਗਾ ਖਾਲਸਾ ਮੇਰੋ ਪਿੰਡ ਪ੍ਰਾਣ ਖਾਲਸਾ ਮੇਰੀ ਜਾਨ ਕੀ ਜਾਨ ਜਦ ਲ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਜਦੋਂ ਰਹਿਤਾਂ ਨੂੰ ਛੱਡ ਕੇ ਕਰਹਿਤਾਂ ਵਿੱਚ ਪੈ ਦੇਗਾ ਮੈਂ ਮੁੜ ਕੇ ਦੀ ਸਾਰ ਨਹੀਂ ਲਊਂਗਾ ਆਓ ਰਹਿਤ ਵਾਲਾ ਜੀਵਨ ਗੁਜ਼ਾਰੀਏ ਦਿੱਤਾ ਆ ਸਮਾਂ ਸਾਡੀ ਵੰਡ ਵਿੱਚ ਉਹਦੀ ਸਮਾਪਤੀ ਹੈ ਮਹਾਂਪੁਰਸ਼ ਬਾਬਾ ਧਿਆਲ ਸਿੰਘ ਜੀ ਗੁਰੂ ਕੀ ਹਜ਼ੂਰੀ ਵਿੱਚ ਗੁਰਦਿਆਲ ਸਿੰਘ ਦੀ ਟਾਂਡੇ ਵਾਲੇ ਗੁਰੂ ਕੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਆ ਸਤਿਗੁਰੂ ਕਿਰਪਾ ਕਰੇ ਸੰਤ ਬਾਬਾ ਕਰਤਾਰ ਸਿੰਘ ਦੀ ਖਾਲਸਾ ਪਿੰਡਾਂ ਵਾਲੇ ਇੱਕ ਬੜਾ ਸੁੰਦਰ ਬਚਨ ਕਿਹਾ ਕਰਦੇ ਸੀ ਕਿ ਕਿੱਡਾ ਕਥਾਵਾਚਕ ਕਿੱਡਾ ਕੀਰਤਨੀਆ ਕਿੱਡਾ ਰਾਗੀ ਢਾਡੀ ਹੋਵੇ ਜਿੰਨਾ ਚਿਰ ਉਹਦਾ ਆਪਣਾ ਜੀਵਨ ਨੀ ਉਹ ਕਿਸੇ ਤੇ ਪ੍ਰਭਾਵ ਨਹੀਂ ਪਾ ਸਕੇਗਾ ਸੰਗਤ ਨੂੰ ਉਹਦੇ ਕੋਲੋਂ ਰਸ ਨਹੀਂ ਆਏਗਾ ਸੋ ਪਹਿਲੀ ਵਾਰਾਂ ਕੱਲ ਉਹਨਾਂ ਦਾ ਕੀਰਤਨ ਸਰਵਣ ਕੀਤਾ ਸਤਿਗੁਰੂ ਕਿਰਪਾ ਕਰੇ ਬੜਾ ਆਨੰਦਤਮਈ ਕੀਰਤਨ ਸਤਿਗੁਰੂ ਰਹਿਮਤ ਕਰਨ ਸੰਤ ਬਾਬਾ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਮਸਕੀਨ ਜੀ ਨੂੰ ਕਿਸੇ ਨੇ ਪੁੱਛਿਆ ਸੀ ਵੀ ਇੰਨਾ ਸਿੱਖੀ ਦਾ ਪ੍ਰਚਾਰ ਹੋ ਰਿਹਾ ਇੰਨਾ ਲਿਟਰੇਚਰ ਵੰਡਿਆ ਜਾ ਰਿਹਾ ਤੇ ਪੰਜਾਬ ਦੀ ਨੌਜਵਾਨ ਪੀੜੀ ਤੇ ਹੋਰ ਪਤਿਤਪੁਣੇ ਦੇ ਵਿੱਚ ਵਧਦੀ ਜਾ ਰਹੀ ਆ ਤੇ ਗੱਲ ਕੀ ਆ ਉਹਨਾਂ ਫਿਰ ਆਪਣੇ ਤੇ ਗੱਲ ਟਿਕਾ ਲਈ ਉਹਨਾਂ ਕਿਸੇ ਨੂੰ ਦੋਸ਼ ਨਹੀਂ ਦਿੱਤਾ ਉਹਨਾਂ ਆਖਿਆ ਸੀ ਜਿਹੜੇ ਪ੍ਰਚਾਰਕਾਂ ਨਾ ਅਸੀਂ ਪ੍ਰਚਾਰਕੀ ਬੁਝੇ ਹੋਏ ਦੀਵੇ ਆ ਤੇ ਬੁਝਿਆ ਦੀਵਾ ਕਿਸੇ ਨੂੰ ਜਗਾ ਨਹੀਂ ਸਕਦਾ ਬਾਬਾ ਕਰਤਾਰ ਸਿੰਘ ਜੀ ਇਹ ਬਚਨ ਕਿਆ ਕਰਦੇ ਸੀ ਸਿੱਖਾ ਜੇ ਤੂੰ ਕਿਸੇ ਨੂੰ ਇੱਕ ਜਪਜੀ ਸਾਹਿਬ ਦੇ ਪਾਠ ਦੀ ਪ੍ਰੇਰਣਾ ਦੇਣੀ ਹੈ ਨਾ ਪਹਿਲੋਂ ਤੇਰੇ ਆਪਣੇ ਵੇਖ ਪੰਜ ਹੈ ਕਿ ਨਹੀਂ ਹੈ ਫਿਰ ਕਿਸੇ ਨੂੰ ਸਿਖਿਆ ਦੇ ਹੁਣ ਤੇ ਰਹਿਤ ਅਵਰ ਕਛ ਅਵਰ ਕਮਾਵਤ ਮਨਨੀ ਪ੍ਰੀਤ ਮੁਖੋਂ ਗੰਡ ਲਾਵਤ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਪੇਖਨਾ ਕਾਹੂ ਪੀਨ ਅਵਰਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੇ ਵਰੇਵੜੀ ਗੱਲ ਹੋਈ ਪਈਆ ਸਤਿਗੁਰੂ ਕਿਰਪਾ ਕਰੇ ਸਿੱਖਾ ਤੇਰਾ ਜੀਵਨ ਹੀ ਲੋਕਾਂ ਵਾਸਤੇ ਪ੍ਰਚਾਰ ਬਣ ਜੇ ਗੁਰੂ ਨਾਨਕ ਨੇ ਕਿਸੇ ਨੂੰ ਨਹੀਂ ਆਖਿਆ ਵੀ ਮੇਰਾ ਸਿੱਖ ਬਣ ਜਾ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੋਂ ਜੀਵਨ ਤੋਂ ਪ੍ਰਭਾਵਿਤ ਹੋ ਕੇ ਸੰਗਤਾਂ ਉਹਨਾਂ ਦੇ ਚਰਨਾ ਵਿੱਚ ਆਉਂਦੀਆਂ ਸਨ ਭਾਈ ਵੀਰ ਸਿੰਘ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਗਿੱਠਾ ਨਾ ਮਿਣ ਕੇ ਲਿਖਿਆ ਜੇ ਇੰਚਾਂ ਨਾ ਵੀ ਕਹਿ ਦਿੱਤੇ ਇਹਦੇ ਵਿੱਚ ਅਤਖਤ ਨਹੀਂ ਨਹੀਂ ਬੜਾ ਘੱਟ ਬੋਲਿਆ ਕਰਦੇ ਸੀ ਤੇ ਇੱਕ ਦਿਨ ਸਟੇਜ ਤੇ ਸਕੱਤਰ ਸਾਹਿਬ ਨੇ ਆਖਿਆ ਵੀ ਭਾਈ ਵੀਰ ਸਿੰਘ ਜੀ ਦੋ ਬਚਨ ਕਰਨਗੇ ਉਹਨਾਂ ਸਥੇ ਤੇ ਉੱਠ ਕੇ ਆਖਿਆ ਵੀ ਮੈਂ ਸੰਗਤ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਜਿਹੜੇ ਮੇਰੇ ਸ਼੍ਰੇਣੀ ਦੇ ਮੇਰੇ ਪ੍ਰਚਾਰਕ ਵੀ ਧਾਵਾਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਆਪਣਾ ਜੀਵਨ ਪ੍ਰੈਕਟੀਕਲ ਬਣਾਓ ਸਤਿਗੁਰੂ ਕਿਰਪਾ ਕਰੇ ਆਓ ਸਾਡੇ ਸਾਰਿਆਂ ਤੇ ਸਤਿਗੁਰੂ ਰਹਿਮਤ ਕਰਨ ਹੋਈਆਂ ਭੁੱਲਾਂ ਦੀ ਮਾਫੀ ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਕੀ ਸੰਤਾਂ ਦਾ ਫਤਿਹ ਗੱਜ ਕੇ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ